ਦੋਸਤੋ ਇੱਕ ਸਿਆਣੇ ਬੰਦੇ ਨੇ ਗੱਲ ਕਹੀ ਹੈ ਕਿ ਉਹ ਬੰਦਾ ਸਭ ਤੋਂ ਜ਼ਿਆਦਾ ਸਿਆਣਾ ਹੁੰਦਾ ਹੈ ਜਿਹਦਾ ਕਿਸੇ ਦੀਆਂ ਗਲਤੀਆਂ ਤੋਂ ਸਿੱਖ ਜਾਵੇ। ਹਾਂਜੀ ਦੋਸਤੋ ਅਸੀਂ ਵੀ ਤੁਹਾਨੂੰ ਇਹੀ ਗੱਲ ਆ ਸਮਝਾਉਣ ਲੱਗੇ ਆ ਕਿ ਜਦੋਂ ਕੋਈ ਹੋਰ ਬੰਦਾ ਗਲਤੀ ਕਰਦਾ ਤੁਸੀਂ ਪਲੀਜ਼ ਉਹਨੂੰ ਇਗਨੋਰ ਨਾ ਕਰਿਆ ਕਰੋ ਉਤੋਂ ਸਿੱਖਿਆ ਕਰੋ ਕਿ ਉਹ ਗਲਤੀ ਕਰਨ ਨੂੰ ਅਸੀਂ ਵੀ ਕਰ ਸਕਦੇ ਆ ਤੇ ਸਾਡੀ ਵੀ ਜ਼ਿੰਦਗੀ ਜਿਹੜੀ ਹੈ ਉਸ ਇਨਸਾਨ ਵਾਂਗੂ ਖਰਾਬ ਹੋ ਸਕਦੀ ਹੈ। ਹਾਂਜੀ ਅੱਜ ਜਿਹੜੀ ਤੁਹਾਨੂੰ ਮੈਂ ਗੱਲ ਦੱਸਣ ਲੱਗਾ ਉਹ ਗੱਲ ਹੈ ਇੱਕ ਯੰਗ ਬੱਚੇ ਦੀ ਯੰਗ ਕਹਿੰਦਾ ਮਤਲਬ ਜਿਹੜਾ ਕਿ 18 ਸਾਲ ਵਿੱਚ ਆਸਟ੍ਰੇਲੀਆ ਆਇਆ ਤੇ 21 ਸਾਲ ਵਿੱਚ ਉਹਦੀ ਜ਼ਿੰਦਗੀ ਬਰਬਾਦ ਹੋ ਕੇ ਰਹਿ ਗਈ ਹੈ ਕਾਰਨ ਕੀ ਸੀਗਾ ਕਿ ਉਹਨੇ ਆਪਣਾ ਸਟੂਡੈਂਟ ਵੀਜ਼ਾ ਕਿਸੇ ਐਜੂਕੇਸ਼ਨ ਕੰਸਰਨਡ ਕੋਲ ਪਵਾਇਆ ਤੇ ਉਸ ਤੋਂ ਬਾਅਦ ਉਹਨੇ ਉਹਦੀ ਪੈਰਵਾਹੀ ਨਹੀਂ ਕੀਤੀ ਤੇ ਉਹ ਇਸ ਟਾਈਮ ਕੰਟਰੀ ਵਿੱਚ ਇਲੀਗਲ ਹੈਗਾ ਹਾਂਜੀ ਕਹਾਣੀ ਇਸ ਤਰੀਕੇ ਨਾਲ ਜੀ ਇਹ ਬੱਚਾ ਆਸਟ੍ਰੇਲੀਆ ਵਿੱਚ ਜਦੋਂ 18 ਸਾਲ ਦਾ ਸੀ ਆਇਆ ਸੀਗਾ ਤੇ ਉਹਦਾ ਵੀਜ਼ਾ ਕੁਛ ਦਿਨ ਪਹਿਲਾਂ ਖਤਮ ਹੋ ਰਿਹਾ ਸੀਗਾ ਜੁਲਾਈ 15 ਦੇ ਲਾਗੇ ਛਾਗੇ ਉਹਦਾ ਵੀਜ਼ਾ ਖਤਮ ਹੋ ਰਿਹਾ ਸੀਗਾ ਉਹਨੇ ਕੀ ਕੀਤਾ ਆਪਣੇ ਡਾਕੂਮੈਂਟਸ ਤੇ ਆਪਣੀ ਪੇਮੈਂਟ ਜਾ ਕੇ ਇੱਕ ਐਜੂਕੇਸ਼ਨ ਕੰਸਲਟੈਂਟ ਨੂੰ ਸਿਡਨੀ ਵਿੱਚ ਦਿਆ ਤੇ ਇਹਨੂੰ ਕਹਿੰਦਾ ਭਰਾ ਮੇਰਾ ਵੀਜ਼ਾ ਵਧਾ ਦੇ ਉਸ ਤੋਂ ਬਾਅਦ ਜਨਾਬ ਹੋਰੀ ਟਰੱਕ ਚਲਾਉਣ ਵਿੱਚ ਬਿਜ਼ੀ ਹੋ ਗਏ ਆਪਣਾ ਉਹ ਟਰੱਕ ਚਲਾ ਰਹੇ ਸੀਗੇ ਤੇ ਜ਼ਿੰਦਗੀ ਦਾ ਆਨੰਦ ਲੈ ਰਹੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਪਰਵਾਹ ਹੀ ਨਹੀਂ ਕੀਤੀ ਇਹ ਚੈੱਕ ਕਰਨ ਦੀ ਕਿ ਉਸ ਕੰਸਲਟੈਂਟ ਨੂੰ ਜਾ ਕੇ ਪੁੱਛਣ ਕਿ ਮੇਰਾ ਵੀਜ਼ਾ ਤੂੰ ਪਾਇਆ ਕਿ ਨਹੀਂ ਪਾਇਆ ਜਦੋਂ 2 2.5 ਮਹੀਨੇ ਬਾਅਦ ਉਹਨੂੰ ਮਿਲਣਗੇ ਪੁੱਛਣ ਵਾਸਤੇ ਕਿ ਮੇਰੇ ਵੀਜ਼ੇ ਦਾ ਕੀ ਬਣਦਾ ਪਿਆ ਤੇ ਅੱਗੋ ਉਸ ਕੰਸਲਟੈਂਟ ਨੇ ਏਜੰਟ ਨੇ ਉਹਨੂੰ ਇਹ ਗੱਲ ਕਹੀ ਕਿ ਅਸੀਂ ਤੇਰਾ ਵੀਜ਼ਾ ਨਹੀਂ ਪਾਇਆ ਕਿਉਂਕਿ ਤੂੰ ਸਾਨੂੰ ਯਾਦ ਨਹੀਂ ਕਰਾਇਆ ਹੁਣ ਉਹਨੇ ਸਾਰੀ ਗਲਤੀ ਛੱਡ ਦਿੱਤੀ ਉਸ ਬੱਚੇ ਤੇ ਤੇ ਫਿਰ ਉਹਨੇ ਪਰੇਸ਼ਾਨ ਹੋ ਕੇ ਬਾਜਵਾ ਇਮੀਗ੍ਰੇਸ਼ਨ ਨੂੰ ਕੰਟੈਕਟ ਕੀਤਾ ਤੇ ਆਪਣਾ ਸਾਰਾ ਜਿਹੜਾ ਦੁਖਾਂਤ ਹੈ ਉਹ ਸਾਨੂੰ ਐਕਸਪਲੇਨ ਕੀਤਾ ਤੇ ਅਸੀਂ ਹੁਣ ਉਹਦੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਟ ਉਹਦੀ ਛੇਤੀ ਜਿਹੜੀ ਹੈ ਜ਼ਿੰਦਗੀ ਉਹ ਲਾਈਨ ਤੇ ਨਹੀਂ ਆਉਣੀ ਉਹਨੇ ਆਪਣੀ ਫੈਮਲੀ ਤੇ ਆਪਣੀ ਸਿਸਟਰ ਦੇ ਵਿਆਹ ਤੇ ਇੰਡੀਆ ਵੀ ਜਾਣਾ ਸੀਗਾ ਜਿਹੜਾ ਕਿ ਦਸੰਬਰ ਵਿੱਚ ਸੀਗਾ ਹੁਣ ਉਹ ਨਹੀਂ ਜਾ ਸਕਦਾ ਤੇ ਇਕੱਲਾ-ਕੱਲਾ ਭਰਾ ਵਾ ਆਪਣੀ ਭੈਣ ਦਾ ਤੇ ਜਦੋਂ ਉਹਨੇ ਆਪਣਾ ਪੂਰਾ ਦੁਖਾਂਤ ਮੇਰੇ ਨਾਲ ਐਕਸਪਲੇਨ ਕੀਤਾ ਤੇ ਉਹਦੀਆਂ ਅੱਖਾਂ ਵਿੱਚ ਅਥਰੂ ਸੀਗੇ ਔਰ ਉਹ ਵਿਚਾਰਾ ਬਹੁਤ ਜ਼ਿਆਦਾ ਪਰੇਸ਼ਾਨ ਸਿਗਾ ਜਦੋਂ ਅਗਲਾ ਬੰਦਾ ਰੋਂਦਾ ਹੋਵੇ ਪਰੇਸ਼ਾਨ ਹੋਵੇ ਤੇ ਸਾਡੇ ਦਿਲ ਤੇ ਵੀ ਉਹਦਾ ਅਸਰ ਹੁੰਦਾ ਤੇ ਅਸੀਂ ਉਹਨੂੰ ਹੌਸਲਾ ਦੇ ਬਹੁਤ ਦਿੱਤਾ ਪਰ ਦੋਸਤੋ ਅਗਲੇ 1.5 2 ਸਾਲ ਉਹ ਇਸ ਕੰਟਰੀ ਵਿੱਚ ਬਹੁਤ ਜ਼ਿਆਦਾ ਦੁਖੀ ਰਹੇਗਾ ਕਿਉਂਕਿ ਉਹਦੀ ਗੱਡੀ ਛੇਤੀ ਲਾਈਨ ਤੇ ਨਹੀਂ ਆਉਣੀ ਹੁਣ ਨਾ ਤੇ ਉਹ ਇੰਡੀਆ ਜਾ ਸਕਦਾ ਕੰਟਰੀ ਵਿੱਚ ਉਹ ਇਲੀਗਲ ਹੈ ਪੜ੍ਹਾਈ ਉਹਦੀ ਕੀਤੀ ਹੋਈ ਸਾਰੀ ਬਰਬਾਦ ਹੋ ਗਈ ਸਿਰਫ ਇੱਕ ਗਲਤੀ ਕਰਕੇ ਕਿ ਉਹਨੇ ਜਦੋਂ ਫਾਈਲ ਦਿੱਤੀ ਤੇ ਪਹਿਲਾਂ ਉਹਨੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨੂੰ ਨਹੀਂ ਦਿੱਤੀ ਦੂਜੀ ਫਾਈਲ ਦੇਣ ਤੋਂ ਪਹਿਲਾਂ ਉਹਨੇ ਉਸ ਫਾਈਲ ਦੀ ਪੈਰ ਵਾਈ ਨਹੀਂ ਕੀਤੀ ਸੋ ਦੋਸਤੋ ਸਾਡੀ ਤੁਹਾਨੂੰ ਸਖਤ ਸਲਾਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਫਾਈਲ ਦਿੰਦੇ ਹੋ ਮੇਕ ਸ਼ੋਰ ਕਿ ਫਾਈਲ ਵੀਜ਼ਾ ਖਤਮ ਹੋਣ ਤੋਂ ਐਟ ਲੀਸਟ ਹਫਤਾ ਪਹਿਲਾਂ ਪਹੁੰਚ ਜਾਏ ਦੂਜਾ ਇੱਕ ਐਪ ਹੈ ਜੀ ਉਹਨੂੰ ਡਾਊਨਲੋਡ ਕਰੋ ਆਪਣੇ 스마트ਫੋਨ ਵਿੱਚ ਉਹਨੂੰ ਕਹਿੰਦੇ ਵਿਵੋ V E V O ਤੁਸੀਂ ਉਹਦੇ ਵਿੱਚ ਚੈੱਕ ਕਰਨਾ ਹੈ ਕਿ ਜਦੋਂ ਤੁਸੀਂ ਵੀਜ਼ਾ ਪਾਤਾ ਆਸਟ੍ਰੇਲੀਆ 'ਚ ਰਹਿੰਦਿਆਂ ਹੋਇਆ ਕੀ ਤੁਹਾਡਾ ਬ੍ਰਿਜਿੰਗ ਵੀਜ਼ਾ ਆ ਗਿਆ ਜੇ ਨਹੀਂ ਆਇਆ ਤੇ ਆਪਣੇ 에ਜੰਟ ਨੂੰ ਫੋਨ ਨਾ ਕਰੋ ਉਹਦੇ ਦਫ਼ਤਰ ਚ ਜਾ ਕੇ ਬਹਿ ਜਾਓ ਕਿਉਂਕਿ ਜਦੋਂ ਤੁਹਾਡਾ ਵੀਜ਼ਾ ਖਤਮ ਹੋ ਜਾਂਦਾ ਸਟੂਡੈਂਟ ਵੀਜ਼ਾ 28 ਦਿਨ ਦੇ ਵਿੱਚ ਵਿੱਚ ਤੁਸੀਂ ਫਿਰ ਵੀ ਇਹਦਾ ਕੁਛ ਨਾ ਕੁਝ ਕਰ ਸਕਦੇ ਹੋ ਜਦੋਂ 28 ਦਿਨ ਟੱਪ ਗਏ 28 ਡੇਸ ਖਤਮ ਹੋ ਗਏ ਉਸ ਤੋਂ ਬਾਅਦ ਜ਼ਿੰਦਗੀ ਬਹੁਤ ਜਿਆਦਾ ਖਰਾਬ ਹੋ ਜਾਂਦੀ ਹੈ ਜਿਹੜਾ ਹੁਣ ਇਹ ਬੱਚਾ ਇਹਦੇ ਵੀਜ਼ਾ ਖਤਮ ਹੋਏ ਨੂੰ ਕੰਟਰੀ ਵਿੱਚ ਇਲੀਗਲ ਹੋਇਆ ਨੂੰ ਇਹਨੂੰ ਨੀਅਰਲੀ 2.5 ਮਹੀਨੇ ਹੋ ਗਏ ਹੈ ਇਹਦੀ ਜ਼ਿੰਦਗੀ ਛੇਤੀ ਪਟਰੀ ਤੇ ਨਹੀਂ ਚੜਨੀ ਸੋ ਦੋਸਤੋ ਬਾਜੋ ਇਮੀਗ੍ਰੇਸ਼ਨ ਹਮੇਸ਼ਾ ਤੁਹਾਨੂੰ ਨੌਲੇਜ ਦੇ ਕੇ ਤੁਹਾਨੂੰ ਡਰਾ ਕੇ ਨਹੀਂ ਸਮਝਾ ਕੇ ਕੋਸ਼ਿਸ਼ ਕਰਦਾ ਕਿ ਤੁਸੀਂ ਅਲਰਟ ਰਹੋ ਕਿਉਂਕਿ ਆਸਟ੍ਰੇਲੀਅਨ ਮਾਈਗ੍ਰੇਸ਼ਨ ਸਿਸਟਮ ਇੱਕ ਵਾਰੀ ਤੁਸੀਂ ਜਿਹੜਾ ਪਟਰੀ ਤੋਂ ਉਤਰੇ ਦੁਬਾਰਾ ਜਿਹੜੀ ਟ੍ਰੇਨ ਹੈ ਪਟਰੀ ਤੋਂ ਚੜਦੇ ਚੜਦੇ ਬਹੁਤ ਟਾਈਮ ਲੱਗੇਗਾ ਕਿਸੇ ਟਾਈਮ ਇਹ ਵੀ ਹੋ ਜਾਂਦਾ ਹੈ ਕਿ ਬੰਦੇ ਦੀ ਜ਼ਿੰਦਗੀ ਤੇ ਬਹੁਤ ਸਾਰੇ ਸੁਪਨੇ ਬਰਬਾਦ ਹੋ ਜਾਂਦੇ ਆ ਜਿੱਦਾਂ ਕਿ ਇਹ ਬੱਚਾ ਹੁਣ ਇੰਡੀਆ ਵੀ ਨਹੀਂ ਜਾ ਸਕਦਾ ਆਪਣੀ ਸਿਸਟਰ ਦਾ ਵਿਆਹ ਵੀ ਨਹੀਂ ਦੇਖ ਸਕਦਾ ਤੇ ਘਰ ਦੇ ਨਾਲ ਕਿੰਨਾ ਝੂਠ ਬੋਲੇਗਾ ਇਹ ਰੱਬ ਹੀ ਜਾਣਦਾ ਤੇ ਸਮਾਜ ਤੋਂ ਕਿੱਦਾਂ ਝੂਠ ਬੋਲੇਗਾ ਇਹ ਵੀ ਉਹੀ ਜਾਣਦਾ ਹੈ ਸੋ ਦੋਸਤੋ ਬਹੁਤ ਸਾਰੀਆਂ ਗੱਲਾਂ ਛੋਟੀ ਜੀ ਗਲਤੀ ਕਰਕੇ ਉਹਦੀਆਂ ਖਰਾਬ ਹੋ ਗਈਆਂ ਕਿ ਉਹਨੇ ਵੀਵੋ ਆਪਣਾ ਜਿਹੜਾ ਉਹ ਡਾਊਨਲੋਡ ਨਹੀਂ ਕੀਤਾ ਸੀ ਆਪਣੇ 스마트ਫੋਨ ਵਿੱਚ ਤੇ ਉਥੋਂ ਉਹ ਆਪਣਾ ਵੀਜ਼ਾ ਹਰ ਮਿੰਟ ਚੈੱਕ ਕਰ ਸਕਦਾ ਸੀ ਕਿ ਮੇਰੇ ਵੀਜ਼ੇ ਦਾ ਕੀ ਬਣ ਗਿਆ ਡਿਟੇਲ ਜਾਣਕਾਰੀ ਵਾਸਤੇ ਆਪਣੇ ਆਪਣੇ ਏਜੰਟ ਕੋ ਜਾਓ ਜਾਂ ਤੁਸੀਂ ਬਾਜਵਾ ਇਮੀਗ੍ਰੇਸ਼ਨ ਦੇ ਦਫ਼ਤਰਾਂ ਵਿੱਚ ਵਿਆਹ ਸਕਦੇ ਹੋ ਧੰਨਵਾਦ ਫਰਮ ਬਾਜਵਾ ਇਮੀਗ੍ਰੇਸ਼ਨ